ਅਜੀਤ ਵੈਬ ਟੀਵੀ ਵੇਖ ਰਹੇ ਦੋਸਤਾਂ ਦਾ ਹਰ ਤੇ ਸਵਾਗਤ ਹੈ ਮੈਂ ਹਾਂ ਦੋਸਤੋ ਰਣਜੀਤ ਸਿੰਘ ਜੋਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੋ ਤਰਨਾ ਰੇਲਵੇ ਟਰੈਕ ਦਿਵਦਾਸਪੁਰਾ ਵਿਖੇ ਦਿੱਤਾ ਜਾ ਰਿਹਾ ਸੀ ਉਹ ਉੱਥੋਂ ਚੁੱਕ ਕੇ ਹੁਣ ਰੇਲਵੇ ਸਟੇਸ਼ਨ ਗੈਰੀ ਮੰਡੀ ਝੰਡਲਾ ਗੁਰੂ ਖੇ ਤਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਤਰਨਾ ਜਿੱਥੇ ਚੌਥੇ ਦਿਨ ਵਿੱਚ ਪ੍ਰਵੇਸ਼ ਹੋ ਚੁੱਕਾ ਇਸ ਸਬੰਧੀ ਕਿਸਾਨ ਅਗੂ ਨਾਲ ਗੱਲਬਾਤ ਕੀਤੀ ਗਈ ਆਓ ਗੱਲਬਾਤ ਕਰਦੇ ਹਾਂ ਕਿਸਾਨ ਅਗੂ ਲਖਵਿੰਦਰ ਸਿੰਘ ਵਿਰਿਆਮਨਗਰ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮਰਸਾ ਦਾ ਪ੍ਰਧਾਨ ਲਖਿੰਦਰ ਸਿੰਘ ਵਿਰਿਆਮਨਗਲ ਬੋਲਦਾ ਜੀ ਇਹ ਲਗਾਤਾਰ 33 ਦਿਨ ਜਿਹੜਾ ਵਾ ਉੱਥੇ ਦੇਵੀ ਦਾਸਪੁਰਾ ਰੇਲ ਟ੍ਰੈਕ ਤੇ ਜਿਹੜਾ ਸੰਘਰਸ਼ ਚੱਲਿਆ ਤੇ ਆ ਮੌਸਮ ਨੂੰ ਵੇਖਦੇ ਆ ਹੋਇਆਂ ਕਿ ਜਿਹੜਾ ਵਾ ਠੰਡ ਵੱਧਦੀ ਜਾਂਦੀ ਆ ਤੇ ਜਿਹੜਾ ਓਸ ਵੀ ਬੜੀ ਪੈਂਦੀ ਆ ਉਹਦੇ ਨਾਲ ਕਰੰਟ ਚਾਨਣੀਆਂ ਦੇ ਵਿੱਚ ਆਉਂਦਾ ਸੀ ਆਉਣ ਵਾਲੇ ਸਮੇਂ 'ਚ ਮੀਂਹ ਪਾਣੀ ਵੀ ਆਉਣ ਦਾ ਵਾ ਤੇ ਉੱਥੇ ਜਿਹੜਾ ਵਾ ਕਰੰਟ ਦਾ ਖਤਰਾ ਸੀ ਇਹ ਸਾਰੀਆਂ ਗੱਲਾਂ ਨੂੰ ਵੇਂਦਿਆਂ ਸ਼ਿਫਟ ਕਰਕੇ ਤੇ ਕੱਲ 33ਵੇਂ ਦਿਨ ਜਿਹੜਾ ਵਾ ਜੰਡਿਆਲਾ ਰੇਲਵੇ ਸਟੇਸ਼ਨ ਜਿਹੜਾ ਵਾ ਜੰਡਿਆਲਾ ਗੁਰੂ ਉਹਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਸੰਘਰਸ਼ ਜਿਹੜਾ ਵਾ ਲਗਾਤਾਰ ਜਾਰੀ ਰਹਿਣਾ ਵਾ 29 ਅਕਤੂਬਰ ਤੱਕ ਜਿਹੜਾ ਵਾ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ 28 ਅਕਤੂਬਰ ਨੂੰ ਕੋਰ ਕਮੇਟੀ ਦੀ ਮੀਟਿੰਗ ਲੱਗੂਗੀ ਉਹਦੇ ਵਿੱਚ ਕੀ ਅੱਗੇ ਫੈਸਲਾ ਲਿਆ ਜਾਂਦਾ ਇਹਦੇ ਜਿਹੜਾ ਸੰਘਰਸ਼ ਆ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਲਗਾਤਾਰ ਰਹਿਣਾ ਹੋ ਸਕਦਾ ਇਹਦੇ ਰੂਪ ਕੁਝ ਬਦਲਵੇਂ ਹੋ ਸਕਦੇ ਨੇ ਪਰੰਤੂ ਸੰਘਰਸ਼ ਜਾਰੀ ਰਹੂਗਾ ਜੋ ਕੇਂਦਰ ਸਰਕਾਰ ਕਿੱਤੇ ਨਾ ਮਾਲ ਗੱਡੀਆਂ ਨਾ ਚਲਣ ਮਾਰ ਕੇ ਆ ਗਰ ਉਹ ਮਾਰ ਕੇ ਕਰਨ ਆ ਆ ਵੇਖੋ ਜੀ ਪੰਜਾਬ ਦੀ ਸਰਕਾਰ ਨੇ ਕੁਛ ਦਿਨ ਪਹਿਲਾਂ ਜਿਹੜਾ ਵਾ ਅਪੀਲ ਕੀਤੀ ਸੀ ਕਿਸਾਨਾਂ ਨੂੰ ਕਿ ਕੋਲੇ ਦੀ ਕਮੀ ਆ ਰਹੀ ਜਿਸ ਨਾਲ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਵਾ ਖਾਦਾਂ ਦੀ ਮੁਸ਼ਕਲ ਹੋ ਸਕਦੀ ਆ ਕੁਝ ਨਾਜ ਦੇ ਭੰਡਾਰ ਇਧਰ ਉਧਰ ਸ਼ਿਫਟ ਕਰਨੇ ਨੇ ਤੇ ਕਿਸਾਨਾਂ ਨੇ ਆਪਣੀ ਮੀਟਿੰਗ ਲਾ ਕੇ ਰੇਲ ਗੱਡੀਆਂ ਨੂੰ ਜਿਹੜੀ ਜਾਣ ਦੀ ਇਜਾਜ਼ਤ ਦਿੱਤੀ ਸੀ ਉਹਦੇ ਵਿੱਚ ਸਰਕਾਰ ਦੀ ਨੀਤੀ ਜਿਹੜੀ ਸਾਹਮਣੇ ਆਈ ਕਿ ਉਹਨਾਂ ਨੇ ਪੈਸੇਂਜਰ ਗੱਡੀਆਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮਾਲ ਗੱਡੀਆਂ ਦੇ ਨਾਲ ਤੇ ਕਿਸਾਨਾਂ ਨੇ ਫਿਰ ਉਹਦਾ ਵਿਰੋਧ ਕਰਕੇ ਉਹਨਾਂ ਨੂੰ ਵਾਪਸ ਕਰਾਇਆ ਹੁਣ ਜਿਹੜਾ ਆਪਣਾ ਮੋਦੀ ਸਾਹਿਬ ਵੱਲੋਂ ਜਿਹੜਾ ਪੀਐਸ ਗੋਇਲ ਜੀ ਮਹਾਰਾਜ ਆਪਣੇ ਰੇਲ ਮੰਤਰੀ ਨੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਵਾ ਬਹੁਤ ਹੀ ਘਟੀਆ ਐਲਾਨ ਆ ਤੇ ਬਹੁਤ ਹੀ ਨਿੰਦਣਯੋਗ ਆ ਕਿ ਪੰਜਾਬ ਨੂੰ ਪੂਰੇ ਭਾਰਤ ਨਾਲੋਂ ਵੱਖਰਾ ਕੀਤਾ ਜਾ ਰਿਹਾ ਉਹਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੰਜਾਬ ਭਾਰਤ ਦਾ ਇੱਕ ਹਿੱਸਾ ਵਾ ਪ੍ਰਧਾਨ ਮੰਤਰੀ ਪੂਰੇ ਭਾਰਤ ਵਰਸਦੇ ਨੇ ਪੰਜਾਬ ਦੇ ਵੀ ਉਹਨੇ ਹੀ ਪ੍ਰਧਾਨ ਮੰਤਰੀ ਨੇ ਤੇ ਇਹੋ ਜਿਹਾ ਜਿਹੜਾ ਬਿਆਨ ਦੇਣੇ ਜਾਂ ਇਹੋ ਜਿਹੇ ਫੈਸਲੇ ਲੈਣੇ ਇਹ ਕਿਤੇ ਕਾਲੀ ਦੇ ਵਿੱਚ ਨੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਉਹਨਾਂ ਦੇ ਮੰਤਰੀ ਮੰਡਲ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਭਾਈ ਇਹ ਜਿਹੜਾ ਵਾ ਅੜੀਅਲ ਵਤੀਰਾ ਛੱਡ ਕੇ ਤੇ ਲੋਕਾਂ ਨੂੰ ਸੁੱਖ ਦੀ ਨਿੰਦੇ ਸੌਣ ਦੋ ਆਪ ਵੀ ਸੁੱਖ ਦੀ ਨਿੰਦੇ ਸੌਂ ਤੇ ਜਾਨ ਬੁੱਝ ਕੇ ਰਾਤ ਵੀ ਬੜਬੜਾਉਂਦੇ ਆਣਾ ਕਿ ਇਸ ਤਰੀਕੇ ਦੇ ਜਿਹੜੇ ਆ ਬਿਆਨ ਪੁੱਠੇ ਸੇ ਦੇ ਦਿੱਤੇ ਜਾਂਦੇ ਨੇ ਇਹ ਕਾਲੇ ਇਹ ਕਾਨੂੰਨ ਬਿਲਕੁਲ ਰੱਦ ਨਹੀਂ ਹੋਣਗੇ ਕਿਸਾਨ ਕਿਸਾਨ ਆਗੂ ਲਖਵਿੰਦਰ ਸਿੰਘ ਵਿਰਾਮਨਗਲ ਜਿਨ੍ਹਾਂ ਨੇ ਅਜੀਤ ਪਬਲਿਟੀ ਨਾਲ ਕਿਸਾਨ ਮਸਲੇ ਸੰਬੰਧੀ ਗੱਲਬਾਤ ਕੀਤੀ ਤੁਸੀਂ ਵੇਖਦੇ ਰਹੋ ਅਜੀਤ ਪਬਲਿਟੀ ਮੈਂ ਹਾਂ ਦੋਸਤੋ ਰਣਜੀਤ ਸਿੰਘ ਜੋਸਨ ਜੰਡਿਆਲਾ ਗੁਰੂ